ਫੁਗਵਾੜਾ ਨਜ਼ਦੀਕ ਪਿੰਡ ਪਾਂਸਟਾ ਵਿਖੇ ਸ਼ਰਾਰਤੀ ਅਨਸਰਾਂ ਵੱਲੋਂ ਇੱਕ ਮਿਠਾਈ ਦੀ ਦੁਕਾਨ ਦੇ ਕਾਊਂਟਰਾਂ ਦੇ ਸ਼ੀਸ਼ਿਆਂ ਦੀ ਭੰਨ ਤੋੜ ਕਰਨ ਦੀ ਸੂਚਨਾ ਮਿਲੀ ਹੈ। ਇਸ ਮੌਕੇ ਪੀੜਤ ਦੁਕਾਨਦਾਰ ਬਿੰਦਰ ਨੇ ਦੱਸਿਆ ਕਿ 8 ਮਹੀਨਿਆਂ ਵਿੱਚ ਇਹ ਤੀਸਰੀ ਘਟਨਾ ਹੈ ਜਿਸ ਨਾਲ ਉਹਨਾਂ ਦਾ ਭਾਰੀ ਨੁਕਸਾਨ ਹੋਇਆ ਹੈ। ਉਹਨਾਂ ਦੱਸਿਆ ਕਿ ਉਸ ਦੀ ਦੁਕਾਨ ਸਿਵਲ ਹਸਪਤਾਲ ਦੇ ਬਿਲਕੁਲ ਸਾਹਮਣੇ ਹੈ ਅਤੇ ਜਦੋਂ ਉਹ ਰਾਤ 8:30 ਵਜੇ ਦੁਕਾਨ ਬੰਦ ਕਰਕੇ ਗਿਆ ਸੀ ਅਤੇ ਸਵੇਰੇ 6:30 ਵਜੇ ਦੇ ਕਰੀਬ ਜਦੋਂ ਉਹ ਦੁਕਾਨ 'ਤੇ ਆਇਆ ਤਾਂ ਦੇਖਿਆ ਕਿ ਦੁਕਾਨ ਦੇ ਕਾਊਂਟਰ ਦੇ ਸ਼ੀਸ਼ੇ ਟੁੱਟੇ ਹੋਏ ਸਨ ਜਿਸ ਨਾਲ ਤਕਰੀਬਨ ਉਹਨਾਂ ਦਾ 60,000 ਰੁਪਏ ਦਾ ਨੁਕਸਾਨ ਹੋ ਗਿਆ। ਇਸ ਸੰਬੰਧੀ ਉਹਨਾਂ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ। ਉਹਨਾਂ ਪੁਲਿਸ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਕਿ ਦੋਸ਼ੀਆਂ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਦੁਕਾਨਦਾਰ ਮੁਤਾਬਕ CCTV ਮੁਤਾਬਕ ਸ਼ਰਾਰਤੀ ਅਨਸਰਾਂ ਨੇ ਇੱਟਾਂ ਨਾਲ ਕਾਊਂਟਰ ਤੋੜੇ ਨੇ ਅਤੇ ਉਹਨਾਂ ਪੁਲਿਸ ਨੂੰ ਚੇਤਾਵਨੀ ਦਿੱਤੀ ਕਿ ਅਗਰ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਉਹਨਾਂ ਵੱਲੋਂ ਫੁਗਵਾੜਾ ਹੁਸ਼ਿਆਰਪੁਰ ਰੋਡ ਜਾਮ ਕੀਤਾ ਜਾਵੇਗਾ। ਹਾਂਜੀ ਸਰ, ਕੀ ਨਾਮ ਜੀ ਆਪਣਾ? ਬਿੰਦਰ ਹੈ ਜੀ। ਬਿੰਦਰ ਜੀ, ਕੀ ਮਾਮਲਾ ਆ ਇੱਥੇ? ਤੁਸੀਂ ਸ਼ੀਸ਼ੇ ਬੜੇ ਟੁੱਟੇ ਹੋਏ ਹੋ ਕਾਊਂਟਰਾਂ ਦੇ, ਕੀ ਕਾਰਨ ਆ ਜੀ? ਬਿੰਦਰ ਸਵੀਟ ਸ਼ੋਪ ਆ ਮੇਰੀ ਦੁਕਾਨ ਹੈ ਜੀ। ਹਾਂਜੀ। ਪਿੰਡ ਮੇਰਾ ਨਸੀਰਾਬਾਦ ਹੈ ਜੀ ਅਤੇ ਸਿੰਬਲ ਹੋਸਪਿਟਲ ਦੇ ਸਾਹਮਣੇ ਆ ਜੀ ਦੁਕਾਨ ਇਹ। ਹਾਂਜੀ। ਅਤੇ ਇਹ ਤੀਜਾ ਚਾਂਸ ਆ ਜੀ। ਜੀ। ਪਹਿਲਾਂ 5 ਮਹੀਨੇ ਸ਼ੀਸ਼ੇ ਤੋੜੇ ਗਏ ਜੀ ਅਤੇ ਹੁਣ ਫਿਰ ਜਾਣੀ ਕਿ 11ਵੇਂ ਮਹੀਨੇ ਦੇ ਵਿੱਚ ਤੋੜੇ ਗਏ, 1.5 ਮਹੀਨੇ ਬਾਅਦ ਫਿਰ ਇਹ ਤੋੜੇ ਆ। ਅੱਜ ਫਿਰ ਤੋੜ ਦਿੱਤੇ? ਅੱਜ ਫਿਰ ਤੋੜ ਦਿੱਤੇ। ਕਿੰਨੇ ਕਾਊਂਟਰਾਂ ਦੇ ਸ਼ੀਸ਼ੇ ਟੁੱਟੇ ਆ ਜੀ? ਇਹ ਦੋਵਾਂ ਦੇ ਆ ਜੀ। ਦੋਵਾਂ ਦੇ ਜ਼ਿਆਦਾ ਨੁਕਸਾਨ ਹੈ ਜੀ, ਇਸ ਵਾਰ ਜ਼ਿਆਦਾ ਨੁਕਸਾਨ ਆ। ਮਤਲਬ ਕੁੱਲ ਮਿਲਾ ਕੇ ਇਹ ਅੱਜ ਦਾ ਤੁਹਾਡਾ ਕਿੰਨਾ ਕੁ ਨੁਕਸਾਨ ਹੋ ਗਿਆ ਜੀ? ਹੋ ਗਿਆ ਜੀ 60-70 ਹਜ਼ਾਰ ਦਾ। 60-70 ਹਜ਼ਾਰ ਦਾ? ਹਾਂਜੀ। ਤਾਂ ਇਹਦੇ ਬਾਰੇ ਕਿੱਦਾਂ ਪੁਲਿਸ ਨੂੰ ਜਾਣਕਾਰੀ ਦਿੱਤੀ ਹੈ ਜੀ? ਜਾਣਕਾਰੀ ਦਿੱਤੀ ਹੈ ਜੀ, ਪੁਲਿਸ ਮੌਕੇ 'ਤੇ ਆ ਕੇ ਦੇਖ ਕੇ ਗਈ ਆ ਜੀ। ਹਾਂਜੀ। ਅਤੇ ਤੁਹਾਡੇ ਇੱਥੇ ਕੋਈ CCTV ਕੈਮਰੇ ਲੱਗੇ ਹੋਏ ਆ ਦੁਕਾਨ 'ਤੇ ਕਿ ਕੈਮਰਿਆਂ 'ਚ ਕੋਈ ਨਹੀਂ ਆਇਆ ਜੀ? ਕੈਮਰਿਆਂ 'ਚ ਆਏ ਆ ਜੀ। ਕੈਮਰੇ ਜੀ? ਹਾਂਜੀ ਆਏ। ਕਿੰਨੇ ਬੰਦੇ ਆ ਜੀ ਕੈਮਰੇ 'ਚ? ਦੋ ਬੰਦੇ ਆ। ਦੋ ਬੰਦੇ ਆਏ ਆ? ਹਾਂਜੀ। ਕਿੱਦਾਂ ਪਛਾਣ ਚਾਹੁੰਦੇ ਆ ਜੀ? ਨਹੀਂ ਮੂੰਹ ਬੰਨੇ ਹੋ ਆ ਜੀ। ਜੀ ਪਛਾਣ ਆ ਜੀ, ਉੱਦਾਂ ਦਾ ਹੁਣ ਪੁਲਿਸ ਨੂੰ ਅਸੀਂ ਦੱਸਾਂਗੇ ਜਿਹੜੇ ਵੀ ਬੰਦੇ ਹੈਗੇ ਆ ਜੀ, ਉਹਨਾਂ ਨੂੰ ਉਹਨਾਂ ਦੇ ਕੋਈ ਨਾ ਕੋਈ ਕਾਰਵਾਈ ਕਰਵਾਉਣੇ ਆ ਜੀ। ਕੀ ਕਾਰਨ ਆ ਤੁਹਾਡੀ ਦੁਕਾਨ ਨੂੰ ਕਿਉਂ ਇਕੱਲੇ ਨੂੰ ਟਾਰਗੇਟ ਕੀਤਾ ਜਾਂਦਾ, ਬਲਕਿ ਇੱਥੇ ਦੂਜੀਆਂ ਹੋਰ ਵੀ ਦੁਕਾਨਾਂ ਆ? ਰੱਬ ਜਾਣੇ ਜੀ ਹੁਣ ਕੀ ਕਹਿ ਸਕਦੇ ਹਾਂ ਜੀ, ਜੇ ਕੋਈ ਗੱਲਬਾਤ ਆ ਤਾਂ ਆ ਕੇ ਬੈਠ ਕੇ ਗੱਲਬਾਤ ਕਰ ਸਕਦਾ ਬੰਦਾ। ਇੱਥੇ ਜਾਣੀ ਕਿ ਮੇਰੀ ਹਲਵਾਈ ਦੁਕਾਨ ਹੈ ਜੀ। ਜੀ। ਪਹਿਲਾਂ ਕੋਈ ਦੁਕਾਨ ਹੈ ਨਹੀਂ ਸੀ, ਨਾ ਕੋਈ ਚਾਹ ਦੀ ਦੁਕਾਨ ਸੀ, ਨਾ ਕੋਈ ਹੋਸਪਿਟਲ ਦੇ ਕੋਲ। ਹੁਣ ਉਹ ਦੁਕਾਨ ਮੇਰੀ ਥੋੜ੍ਹਾ ਜਿਹਾ ਚੱਲਦੀ ਹੈ ਜੀ, ਆਪਣੇ ਰੋਟੀ ਫੁਲਕਾ ਦਾਲ ਫੁਲਕਾ ਮਿਲਦਾ, ਵਧੀਆ ਚੱਲਦਾ ਕੰਮ ਜੀ, ਅਤੇ ਉਹਦੇ ਕਰਕੇ ਲੋਕ ਜਲਸ ਕਰਦੇ ਆ, ਅਤੇ ਉਹੀ ਬੰਦੇ ਜਿਹੜੇ ਦੋਏ ਹੈਗੇ ਲਾਕਡਾਊਨ ਵਾਲੇ, ਉਹ ਇਹ ਵਾਰਦਾਤਾਂ ਇੱਦਾਂ ਦੀਆਂ ਕਰ ਰਹੇ ਆ ਵੀ ਕਿਹੜੀ ਘੜੀ ਦੁਕਾਨ ਬੰਦ ਕਰ ਦੇਵੇ ਜੀ। ਅਤੇ ਪਹਿਲਾਂ ਵੀ ਤੁਸੀਂ ਪੁਲਿਸ ਨੂੰ ਜਾਣਕਾਰੀ ਦਿੱਤੀ ਸੀਗੀ, ਤੁਸੀਂ ਪਿੰਡ ਰਾਈ 'ਚ ਉਹਨਾਂ ਦੀ ਵੀਡੀਓ ਵੀ ਰਿਕਾਰਡਿੰਗ ਕਰਕੇ ਦਿੱਤੀ ਸੀਗੀ ਜਿਹੜੇ ਬੰਦਿਆਂ ਨੇ ਤੋੜਿਆ ਸੀਗਾ, ਕਿ ਉਹ ਹਜੇ ਤੱਕ ਪਿਛਲਿਆਂ ਦੀ ਕੋਈ ਕਾਰਵਾਈ ਹੋਈ ਜੀ? ਨਹੀਂ, ਉਸ 'ਤੇ ਕੋਈ ਕਾਰਵਾਈ ਨਹੀਂ ਹੋਈ, ਪੁਲਿਸ ਕਰ ਰਹੀ ਹੈ ਜੀ, ਹੁਣ ਦੇਖਦੇ ਹਾਂ ਕੀ ਕਰਦੀ ਹੈ। ਹਾਂਜੀ, ਤੀਜੀ ਵਾਰੀ ਤੁਹਾਡੀ ਦੁਕਾਨ ਦੇ ਸ਼ੀਸ਼ੇ ਟੁੱਟ ਗਏ ਆ ਅਤੇ ਜੇ ਪੁਲਿਸ ਲੋਕ ਹਜੇ ਵੀ ਕੋਈ ਕਾਰਵਾਈ ਨਹੀਂ ਕੀਤੀ, ਤੁਹਾਡਾ ਅਗਲਾ ਸਟੈਪ ਕੀ ਹੈ ਜੀ? ਅਗਲਾ ਸਟੈਪ ਇਹੀ ਆ ਜੀ, ਫਿਰ ਅਸੀਂ ਉੱਚ ਅਧਿਕਾਰੀਆਂ ਨੂੰ ਮਿਲਾਂਗੇ ਜੀ, ਜੇ ਉੱਥੇ ਵੀ ਕੋਈ ਕਾਰਵਾਈ ਨਾ ਹੋਈ ਤਾਂ ਰੋਡ ਵੀ ਜਾਮ ਕਰਾਂਗੇ ਫਿਰ ਜੀ, ਅਤੇ ਕੋਈ ਨਾ ਕੋਈ ਨਾ ਕੋਈ ਆਪਾਂ ਚੇਤਾਵਨੀ ਦਿੰਦੇ ਹਾਂ ਜੀ, ਫਿਰ ਤਾਂ ਕੁਛ ਨਾ ਕੋਈ ਆਪਾਂ ਕਾਰਵਾਈ ਕਰਾਂਗੇ। ਅਤੇ ਕਿਹੜਾ ਰੋਡ ਤੁਸੀਂ ਜਾਮ ਕਰਨ ਦੀ ਗੱਲ ਕਰਦੇ ਹੋ? ਕੋਈ ਵੀ ਮੇਨ ਰੋਡ ਕਰਾਂਗੇ ਜੀ, ਫਿਰ ਮੇਨ ਹਾਈਵੇ ਹੁਸ਼ਿਆਰਪੁਰ ਫੁਗਵਾੜਾ ਜੀ। ਹਾਂਜੀ। ਅਤੇ ਜੇ ਹੁਣ ਵੀ ਕਾਰਵਾਈ ਨਾ ਕੋਈ ਕੀਤੀ ਪੁਲਿਸ ਨੇ, ਕਿਉਂਕਿ ਤੀਜੀ ਵਾਰ ਮੇਰੇ ਨਾਲ ਇਹ ਕੰਮ ਹੋ ਚੁੱਕਾ ਹੈ ਜੀ। ਤੁਹਾਡਾ ਸਿਰਫ ਪੁਲਿਸ ਮੌਕਾ ਦੇਖ ਕੇ ਤੱਕ ਸਹਿਮਤ ਹੈ ਜੀ? ਹਾਂ, ਸਹਿਮਤ ਹੈ ਜੀ, ਪੁਲਿਸ ਮੌਕਾ ਦੇਖ ਕੇ ਚਲ ਜਾਂਦੀ ਹੈ, ਕਾਰਵਾਈ ਕੋਈ ਨਹੀਂ ਹੁੰਦੀ। ਉੱਧਰ ਇਸ ਘਟਨਾ ਦੀ ਸੂਚਨਾ ਮਿਲਦੇ ਸਾਰ ਹੀ ਪਾਂਸਟਾ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਉਹਨਾਂ ਦੱਸਿਆ ਕਿ ਦੋਸ਼ੀਆਂ ਨੂੰ ਜਲਦ ਹੀ ਗ੍ਰਿਫਤਾਰ ਕਰ ਸਲਾਖਾਂ ਪਿੱਛੇ ਪਹੁੰਚਾਇਆ ਜਾਵੇਗਾ।